ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਤਾਂ ਨਵਜੋਤ ਸਿੰਘ ਸਿੱਧੂ ਕਦੋਂ ਸਰੈਂਡਰ ਕਰਨਗੇ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਹੋਣਾ ਦੇ ਮੀਡੀਆ ਸਲਾਹਕਾਰ ਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਮੌਜੂਦ ਨੇ। ਡੱਲਾ ਜੀ, ਕਦੋਂ ਤੱਕ ਨਵਜੋਤ ਸਿੰਘ ਸਿੱਧੂ ਸਰੈਂਡਰ ਕਰ ਦੇਣਗੇ? ਦੇਖੋ, ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ, ਇਹ ਜਿਹੜਾ ਆਰਡਰ ਹੈ ਸੁਪਰੀਮ ਕੋਰਟ ਦੇ, ਇਸ ਆਰਡਰ ਨੂੰ ਨਵਜੋਤ ਸਿੰਘ ਸਿੱਧੂ ਹੋਣਾ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹ ਸਾਰੇ ਉਹਦੇ ਇੱਕ ਇੱਕ ਪੁਆਇੰਟ ਦਾ ਅਨਾਲਿਸਿਸ ਕਰ ਰਹੇ ਨੇ। ਔਰ ਨਵਜੋਤ ਸਿੰਘ ਸਿੱਧੂ ਤਾਂ ਕੱਲ ਹੀ ਜਦੋਂ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਹਨਾਂ ਨੇ ਟਵੀਟ ਕਰ ਦਿੱਤਾ ਸੀ। ਔਰ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਸੁਪਰੀਮ ਕੋਰਟ ਦਾ ਫੈਸਲਾ ਮਨਜ਼ੂਰ ਹੈ, ਔਰ ਉਹ ਕਿਸੇ ਵੀ ਵੇਲੇ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਆਤਮ ਸਮਰਪਣ ਕਰਨ ਲਈ ਤਿਆਰ ਹੈ। ਇੰਤਜ਼ਾਰ ਹੋ ਰਿਹਾ ਕਿ ਜਿਹੜੇ ਕਾਨੂੰਨੀ ਐਕਸਪਰਟ ਨੇ, ਜਿਹੜੇ ਲੀਗਲ ਨੇ, ਉਹ ਕਦੋਂ ਐਡਵਾਈਸ ਕਰਦੇ ਨੇ ਕਿ ਹੁਣ ਤੁਸੀਂ ਅਦਾਲਤ ਵਿੱਚ ਪਹੁੰਚ ਜਾਓ। ਨਵਜੋਤ ਸਿੰਘ ਸਿੱਧੂ ਕੱਲ ਦੇ ਤਿਆਰ ਨੇ, ਲੀਗਲ ਐਕਸਪਰਟ ਨੇ ਜਿਹੜੇ, ਉਹ ਜਿੱਦਾਂ ਹੀ ਉਹਨਾਂ ਨੂੰ ਹਾਮੀ ਭਰਨਗੇ, ਕਿਉਂਕਿ ਉਸ ਤੋਂ ਪਹਿਲਾਂ ਕੁਝ ਜ਼ਰੂਰੀ ਕਾਗਜ਼ ਵਰਕ ਹੈ, ਪੇਪਰ ਵਰਕ ਹੁੰਦਾ ਹੈ, ਲੀਗਲ ਮੈਟਰ ਹੁੰਦਾ ਹੈ, ਕੁਝ ਡਾਕੂਮੈਂਟਸ ਹੁੰਦੇ ਨੇ, ਕੁਝ ਡਾਕੂਮੈਂਟਸ ਅਟੈਸਟ ਹੋਣੇ ਹੁੰਦੇ ਨੇ, ਉਹ ਸਾਰੀਆਂ ਫਾਰਮੈਲਿਟੀਜ਼ ਨੇ ਜਿਹੜੀਆਂ ਆਉਂਦੇ ਸਮੇਂ ਲਈ, ਭਵਿੱਖ ਲਈ, ਜਾਂ ਜਿਹੜੇ ਵਕੀਲ ਸਾਹਿਬਾਨ ਨੇ ਉਹਨਾਂ ਦੀ ਜ਼ਰੂਰਤ ਲਈ। ਸੋ ਉਹ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਜੀ। ਇੱਕ ਇਹ ਵੀ ਖਬਰ ਆ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕਿਊਰੇਟਿਵ ਪਟੀਸ਼ਨ ਵੀ ਦਾਇਰ ਕਰ ਸਕਦੇ ਨੇ ਨਵਜੋਤ ਸਿੰਘ ਸਿੱਧੂ। ਦੇਖੋ, ਜਿਹੜੇ ਵਕੀਲ ਨੇ ਵਕੀਲ ਫਿਰ ਇਹ ਹਮੇਸ਼ਾ ਉਹ ਦਿੰਦੇ ਨੇ, ਪਰ ਉਸ ਤੋਂ ਪਹਿਲਾਂ ਜਿਹੜੀ ਵਕੀਲ ਸਾਹਿਬਾਨਾਂ, ਉਹ ਆਪ ਕਿਸੇ ਨਤੀਜੇ ਤੇ ਪਹਿਲਾਂ ਪਹੁੰਚਦੀ ਹੈ। ਸੋ ਜਿੱਦਾਂ ਹੀ ਇਹ ਜਿਹੜੀ ਵੀ ਕਿਸੇ ਤਰ੍ਹਾਂ ਦੀ, ਕਿਉਂਕਿ ਇੱਕ ਕਾਨੂੰਨੀ ਹੱਕ ਹੈ ਕੌਨਸਟੀਟਿਊਸ਼ਨ ਦੇ ਵਿੱਚ, ਹਰ ਵਿਅਕਤੀ ਕੋਲੇ ਕਾਨੂੰਨੀ ਸਹਾਇਤਾ ਦਾ ਹੱਕ ਹੈ, ਆਪਣੇ ਪੱਖ ਕਾਨੂੰਨੀ ਤੌਰ ਤੇ ਸਬਮਿਟ ਕਰਨ ਦਾ ਹੱਕ ਹੈ। ਸੋ ਜਿਹੜੇ ਵਕੀਲ ਸਾਹਿਬ ਨੇ ਜਾਂ ਲੀਗਲ ਐਕਸਪਰਟ, ਇਹ ਸਾਰੀਆਂ ਭਾਵਨਾਵਾਂ ਦੇਖ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਸੋ ਪਰ ਨਵਜੋਤ ਸਿੰਘ ਸਿੱਧੂ ਅਦਾਲਤ ਦੇ ਵਿੱਚ ਸਰੈਂਡਰ ਜ਼ਰੂਰ ਕਰਨਗੇ, ਉਹ ਆਪਣੇ ਆਪ ਨੂੰ ਅਦਾਲਤ ਅੱਗੇ ਪੇਸ਼ ਕਰਨਗੇ, ਔਰ ਉਹਦਾ ਫੈਸਲਾ ਕਿਸੇ ਵੀ ਵੇਲੇ ਹੋ ਸਕਦਾ, ਕਿਸੇ ਵੀ ਵੇਲੇ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਜਾ ਸਕਦੇ ਨੇ, ਉਹ ਕੱਲ੍ਹ ਦੇ ਹੀ ਤਿਆਰ ਨੇ ਜਾਣਗੇ ਜੀ। ਜਿਸ ਤਰੀਕੇ ਨਾਲ ਖਬਰਾਂ ਆ ਰਹੀਆਂ ਸੀ ਕਿ ਸਵੇਰੇ ਹੀ ਸਰੈਂਡਰ ਕਰ ਦੇਣਗੇ, ਲੇਕਿਨ ਜਿਸ ਤਰੀਕੇ ਨਾਲ ਹੁਣ ਤੁਸੀਂ ਦੱਸ ਰਹੇ ਹੋ ਕਿ ਕੁਛ ਇੱਕ ਲੀਗਲ ਫੋਰਮੈਲਿਟੀਜ਼ ਹੈਗੀਆਂ ਨੇ, ਜਾਂ ਫਿਰ ਇਹ ਮੰਨ ਲਈਏ ਕਿ ਹਜੇ ਜਿਹੜੇ ਆਰਡਰ ਹਨ ਉਹ ਕਿਸ ਕੋਰਟ ਦੇ ਵਿੱਚ ਪਹੁੰਚ ਕੇ ਪ੍ਰੋਪਰ ਪੇਪਰ ਵਰਕ ਜਾਂ ਲੀਗਲ ਫੋਰਮੈਲਿਟੀਜ਼ ਪੂਰੀਆਂ ਕਰਨ ਤੋਂ ਬਾਅਦ ਹੀ ਸਰੈਂਡਰ ਕਰਨਗੇ? ਬਿਲਕੁਲ, ਨਵਜੋਤ ਸਿੰਘ ਸਿੱਧੂ ਉਹਨਾਂ ਦਾ ਪਰਿਵਾਰ, ਉਹਨਾਂ ਦੇ ਦੋਸਤ, ਉਹਨਾਂ ਦੇ ਕੁਲੀਗਸ ਸਾਰੇ ਲੋਕ ਪਟਿਆਲਾ ਦੇ ਵਿੱਚ ਨੇ, ਔਰ ਜਿੱਦਾਂ ਹੀ ਜਿਹੜਾ ਹੈਗਾ ਸਾਰਾ ਸੁਨੇਹਾ ਲੱਗੇਗਾ, ਜਿੱਦਾਂ ਹੀ ਕੋਈ ਅਫੀਸ਼ਲ ਤੌਰ ਦੇ ਉੱਤੇ ਉਹਨਾਂ ਨੂੰ ਕਹਿ ਦਿੱਤਾ ਜਾਏਗਾ ਜਿਹੜੇ ਉਹਨਾਂ ਦੇ ਐਕਸਪਰਟਸ ਨੇ ਉਹਨਾਂ ਵੱਲੋਂ, ਤੇ ਉਸੇ ਟਾਈਮ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਸਰੈਂਡਰ ਕਰਨ ਦਾ ਫੈਸਲਾ ਕਰਨਗੇ ਜੀ। ਤਮਾਮ ਜਾਣਕਾਰੀ ਸਰੈਂਡਰ ਕਰਨ ਲਈ ਜਾਣਗੇ, ਫੈਸਲਾ ਤਾਂ ਹੋ ਹੀ ਗਿਆ, ਸਰੈਂਡਰ ਉਹਨਾਂ ਨੇ ਕਰਨਾ ਜੀ, ਬਸ ਉਸੇ ਟਾਈਮ ਸਰੈਂਡਰ ਲਈ ਰਵਾਨਾ ਹੋਣਗੇ ਜੀ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਡੱਲਾ ਜੀ। ਤਾਂ ਸਾਡੇ ਨਾਲ ਇਹ ਸਨ ਸੁਰਿੰਦਰ ਸਿੰਘ ਡੱਲਾ, ਸਾਫ਼ ਤੌਰ ਤੇ ਜਾਣਕਾਰੀ ਦੇ ਰਹੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਕਦੋਂ ਤੱਕ ਜਿਹੜਾ ਹੈਗਾ ਸਰੈਂਡਰ ਕਰਨਗੇ। ਤਾਂ ਹੁਣ ਖਬਰਾਂ ਆ ਰਹੀਆਂ ਨੇ ਕਿ ਕਿਊਰੇਟਿਵ ਪਟੀਸ਼ਨ ਵੀ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਹੁਣੀ ਦਾਇਰ ਕਰ ਸਕਦੇ ਨੇ ਸੁਪਰੀਮ ਕੋਰਟ ਦੇ ਵਿੱਚ। ਫਿਲਹਾਲ ਉਹਨਾਂ ਦੀ ਲੀਗਲ ਟੀਮ ਜਿਹੜੀ ਹੈਗੀ ਹੈ ਪੂਰੀ ਫੋਰਮੈਲਿਟੀਜ਼ ਪੂਰੀਆਂ ਕਰ ਰਹੀ ਹੈ, ਤੇ ਥੋੜੀ ਦੇਰ ਬਾਅਦ ਜੋ ਜਾਣਕਾਰੀ ਮਿਲ ਰਹੀ ਹੈ ਦੁਪਹਿਰ ਬਾਅਦ ਤੱਕ ਇਹ ਪੂਰੀਆਂ ਫੋਰਮੈਲਿਟੀਜ਼ ਹੋਣਗੀਆਂ, ਉਸ ਤੋਂ ਬਾਅਦ ਹੀ ਇਹ ਕੋਰਟ ਦੇ ਵਿੱਚ ਜਿਹੜਾ ਹੈਗਾ ਜਿਹੜੀ ਜ਼ਿਲ੍ਹਾ ਸੈਸ਼ਨ ਕੋਰਟ ਹੈ ਉੱਥੇ ਸਰੈਂਡਰ ਨਵਜੋਤ ਸਿੰਘ ਸਿੱਧੂ ਕਰਨਗੇ।